ਜਮੀਲਾ ਭਾਗ ਪੰਜ। ਅਗਲੇ ਦਿਨ ਸਾਰੀ ਦਿਹਾੜੀ ਦਨਿਆਰ ਅੱਗੇ ਵਾਂਗ ਸ਼ਾਂਤੀਪੂਰਵਕ ਅਤੇ ਚੁੱਪ ਗੜੁੱਪ ਰਹਿ ਕੇ ਕੰਮ ਕਰਦਾ ਰਿਹਾ। ਉਹ ਹੋਰ ਵੀ ਲੰਗੜਾਉਣ ਲੱਗ ਪਿਆ ਸੀ, ਖਾਸ ਕਰਕੇ ਜਦੋਂ ਬੋਰੀ ਚੁੱਕਦਾ ਤਾਂ ਬਹੁਤ ਹੀ ਔਖ ਹੁੰਦੀ ਸੀ। ਉਹ ਆਪਣੇ ਦਿਲ ਦੇ ਉਬਾਲ ਅੰਦਰੇ ਲਈ ਬੈਠਾ ਸੀ। ਉਸਦਾ ਪੁਰਾਣਾ ਜ਼ਖਮ ਫਿਰ ਖੁੱਲ੍ਹ ਗਿਆ ਸੀ ਅਤੇ ਸਾਡੀ ਗਲਤੀ ਦਾ ਪ੍ਰਤੱਖ ਪ੍ਰਗਟਾਵਾ ਸੀ। ਉਸਦੀ ਚੁੱਪ ਸਾਡੇ ਲਈ ਬੋਝ ਬਣੀ ਹੋਈ ਸੀ। ਜੇ ਕਿਤੇ ਉਹ ਹਾਸੀ ਪੈਂਦਾ ਜਾਂ ਮਖੌਲ ਹੀ ਕਰਦਾ ਤਾਂ ਸਾਡਾ ਮਾਨਸਿਕ ਬੋਝ ਕੁਝ ਹੌਲਾ ਹੋ ਜਾਂਦਾ। ਜਮੀਲਾ ਵੀ ਕੁਝ ਇਸ ਤਰ੍ਹਾਂ ਬਹਾਨਾ ਕਰ ਰਹੀ ਸੀ ਜਿਵੇਂ ਕੋਈ ਖਾਸ ਗੱਲ ਵਾਪਰੀ ਨਹੀਂ ਸੀ। ਉਹ ਘਮੰਡੀ ਕੁੜੀਆਂ ਵਾਂਗ ਹੱਸਦੀ ਸੀ, ਪਰ ਮੈਂ ਜਾਣਦਾ ਸਾਂ ਕਿ ਅੰਦਰੋਂ ਅੰਦਰ ਉਹ ਕਿੰਨੀ ਔਖ ਮਹਿਸੂਸ ਕਰਦੀ ਸੀ। ਸਟੇਸ਼ਨ ਤੋਂ ਮੁੜਦਿਆਂ ਸਾਨੂੰ ਹਨੇਰਾ ਹੋ ਗਿਆ। ਦਨਿਆਰ ਸਾਡੇ ਮੂਹਰੇ ਛਕੜੇ ਲਈ ਜਾ ਰਿਹਾ ਸੀ। ਰਾਤ ਬਹੁਤ ਖੂਬਸੂਰਤ ਸੀ। ਅਗਸਤ ਦੀਆਂ ਇਹਨਾਂ ਰਾਤਾਂ ਬਾਰੇ ਕੌਣ ਨਹੀਂ ਜਾਣਦਾ। ਅਸਮਾਨ ਉੱਤੇ ਤਾਰੇ ਬਹੁਤ ਹਸੀਨ ਲੱਗ ਰਹੇ ਸਨ। ਇੱਕ ਪਾਸੇ ਇੱਕ ਇਕੱਲਾ ਤਾਰਾ ਇੰਜ ਜਾਪਦਾ ਸੀ ਜਿਵੇਂ ਉਸਦਾ ਆਲਾ ਦੁਆਲਾ ਯੱਕ ਹੋਇਆ ਪਿਆ ਸੀ। ਉਸਦੀਆਂ ਠੰਡੀਆਂ ਬਰਫੀਲੀਆਂ ਰਿਸ਼ਮਾਂ ਹਨੇਰੇ ਅੰਬਰ ਤੋਂ ਹੈਰਾਨੀ ਭਰੀਆਂ ਚਮਕੀਲੀਆਂ ਨਜ਼ਰਾਂ ਨਾਲ ਧਰਤ ਨੂੰ ਤੱਕ ਰਹੀਆਂ ਹੋਣ। ਤੰਗ ਵਾਦੀ ਵਿੱਚ ਹੀ ਗੁਜ਼ਰਦਿਆਂ ਮੈਨੂੰ ਇਸ ਤਰ੍ਹਾਂ ਹੀ ਪ੍ਰਤੀਤ ਹੁੰਦਾ ਸੀ। ਘੋੜੇ ਛੇਤੀ ਘਰ ਪਹੁੰਚਣ ਲਈ ਤੇਜ਼ੀ ਨਾਲ ਪੌੜ ਮਾਰਦੇ ਜਾ ਰਹੇ ਸਨ। ਵਾਦੀ ਵੱਲੋਂ ਆਉਂਦੀ ਹਵਾ ਨਸ਼ਿਆਉਣ ਵਾਲੀ ਤਿੱਖੀ ਖੁਸ਼ਬੋ ਨਾਲ ਭਰੀ ਪਈ ਸੀ। ਇਸ ਖੁਸ਼ਬੋ ਨੇ ਸਾਡੇ ਮਾਨਸਿਕ ਬੋਝ ਨੂੰ ਕੁਝ ਹੌਲਿਆ ਕਰ ਦਿੱਤਾ ਸੀ। ਸੜਕ ਦੇ ਇੱਕ ਪਾਸੇ ਝਾੜੀਆਂ ਭਰੀਆਂ ਹਨੇਰੀਆਂ ਚਟਾਨਾਂ ਖੜੋਤੀਆਂ ਸਨ, ਦੂਜੇ ਪਾਸੇ ਅਣਥੱਕ ਕੁਰਕਰਿਓ ਤੁਰਿਆ ਆਉਂਦਾ ਸੀ। ਕਦੇ ਕਦੇ ਰੇਲ ਦਾ ਖੜਕਾ ਰੇਲ ਦੇ ਦੂਰ ਚਲੇ ਜਾਣ 'ਤੇ ਵੀ ਗੂੰਜਦਾ ਸੀ। ਠੰਡੀ ਰਾਤ ਵਿੱਚ ਸਵਾਰੀ ਕਰਨਾ, ਘੋੜਿਆਂ ਦੀਆਂ ਪਿੱਠਾਂ ਨੂੰ ਹਿਲਦਿਆਂ ਮਹਿਸੂਸਣਾ, ਅਗਸਤ ਦੀ ਰਾਤ ਦੀ ਆਵਾਜ਼ ਨੂੰ ਸੁਣਨਾ ਅਤੇ ਖੁਸ਼ਬੂਆਂ ਵਿੱਚ ਸਾਹ ਲੈਣਾ ਬਹੁਤ ਪਿਆਰਾ ਲੱਗਦਾ ਸੀ। ਜਮੀਲਾ ਮੇਰੇ ਮੂਹਰੇ ਸੀ। ਉਸਨੇ ਘੋੜਿਆਂ ਦੀਆਂ ਲਗਾਮਾਂ ਢਿੱਲੀਆਂ ਛੱਡੀਆਂ ਹੋਈਆਂ ਸਨ। ਉਹ ਹੌਲੀ ਹੌਲੀ ਗੁਣਗੁਣਾਉਂਦੀ ਜਾਪਦੀ ਸੀ। ਮੈਂ ਜਾਣਦਾ ਸਾਂ ਕਿ ਸਾਡੀ ਚੁੱਪ ਉਸ ਲਈ ਅਸਹਿ ਸੀ। ਅਜਿਹੀ ਰਾਤ ਵਿੱਚ ਚੁੱਪ ਰਹਿਣਾ ਉਂਝ ਹੀ ਅਸੰਭਵ ਸੀ। ਇਹ ਰਾਤ ਤਾਂ ਗਾਉਣ ਲਈ ਹੀ ਬਣੀ ਸੀ। ਉਹ ਉੱਚੀ ਉੱਚੀ ਗਾਉਣ ਲੱਗ ਪਈ। ਸ਼ਾਇਦ ਉਹ ਇਸ ਲਈ ਗਾ ਰਹੀ ਸੀ ਕਿ ਸਾਡੇ ਸੰਬੰਧ ਪਹਿਲਾਂ ਵਾਂਗ ਹੀ ਤਾਜ਼ੇ ਹੋ ਜਾਣ, ਜਾਂ ਫਿਰ ਉਹ ਆਪਣੇ ਦੋਸ਼ ਦੇ ਅਹਿਸਾਸ ਨੂੰ ਕੁਝ ਦੇਰ ਲਈ ਭੁੱਲਣਾ ਚਾਹੁੰਦੀ ਸੀ। ਉਸਦੀ ਆਵਾਜ਼ ਟੱਲੀ ਵਾਂਗ ਖੜਕਦੀ ਸੀ ਅਤੇ ਉਹ ਆਪ ਪੇਂਡੂ ਗੀਤ ਗਾ ਰਹੀ ਸੀ। ਤੂੰ ਲੰਘੇ ਮੈਂ ਰੁਮਾਲ ਹਲਾਵਾਂ ਅਤੇ ਦੂਰ ਗਿਆ ਵੇ ਪ੍ਰੇਮੀ ਮੇਰਾ। ਗੀਤ ਤਾਂ ਉਸਨੂੰ ਬੇਅੰਤ ਆਉਂਦੇ ਸਨ। ਉਹ ਇੰਨੇ ਸਰਲ ਅਤੇ ਜਜ਼ਬੇ ਗੁੱਦੇ ਸਨ ਕਿ ਹਰ ਇੱਕ ਦੇ ਮਨ ਨੂੰ ਟੁੰਬਦੇ ਸਨ। ਅਚਾਨਕ ਉਹ ਰੁਕੀ ਅਤੇ ਦਨਿਆਰ ਦੁਆਲੇ ਹੋ ਗਈ। ਦਨਿਆਰ, ਤੂੰ ਕੋਈ ਗੀਤ ਕਿਉਂ ਨਹੀਂ ਗਾਉਂਦਾ? ਮੈਨੂੰ ਜਾਪਦਾ ਤੂੰ ਜੀਗਤ ਹੀ ਨਹੀਂ। ਤੂੰ ਹੀ ਗਾ ਜਮੀਲਾ, ਮੈਂ ਪੂਰੇ ਧਿਆਨ ਨਾਲ ਸੁਣ ਰਿਹਾ ਹਾਂ। ਦਨਿਆਰ ਨੇ ਘਬਰਾ ਕੇ ਘੋੜੇ ਰੁਕ ਲਏ ਸਨ। ਕੀ ਸੁਣ ਲਈ ਸਾਡੇ ਕੰਨ ਨਹੀਂ? ਤੈਨੂੰ ਕੋਈ ਮਜ਼ਬੂਰ ਥੋੜ੍ਹੋ ਕਰਦਾ? ਨਹੀਂ ਗਾਉਣਾ ਤਾਂ ਨਾ ਗਾ। ਜਮੀਲਾ ਫਿਰ ਗਾਉਣ ਲੱਗ ਪਈ। ਕੌਣ ਜਾਣਦਾ ਕਿ ਉਸਨੇ ਦਨਿਆਰ ਨੂੰ ਗਾਉਣ ਲਈ ਕਿਉਂ ਕਿਹਾ ਸੀ? ਸ਼ਾਇਦ ਉਹ ਉਸ ਨੂੰ ਗੱਲਬਾਤ ਲਈ ਪ੍ਰੇਰ ਰਹੀ ਸੀ। ਦੱਸ ਦਨਿਆਰ, ਤੂੰ ਕਦੀ ਪਿਆਰ ਵੀ ਕੀਤਾ? ਅਤੇ ਉਹ ਉੱਚੀ ਸਾਰੀ ਹੱਸ ਪਈ। ਦਨਿਆਰ ਚੁੱਪ ਹੀ ਰਿਹਾ ਅਤੇ ਜਮੀਲਾ ਵੀ ਚੁੱਪ ਕਰ ਗਈ। ਮੈਂ ਸੋਚ ਰਿਹਾ ਸਾਂ ਕਿ ਉਸਨੇ ਦਨਿਆਰ ਨੂੰ ਗਾਉਣ ਲਈ ਆ ਕੇ ਠੀਕ ਹੀ ਕੀਤਾ ਸੀ। ਘੋੜੇ ਨਦੀ ਲਾਗੇ ਆਪੇ ਹੀ ਹੌਲੀ ਹੋ ਗਏ। ਇਹ ਨਦੀ ਸੜਕ ਨੂੰ ਪਾਰ ਕਰਦੀ ਸੀ। ਘੋੜਿਆਂ ਦੇ ਪੌੜ ਗਿੱਲੇ ਅਤੇ ਚਾਂਦੀ ਬੰਨੇ ਪੱਥਰਾਂ ਤੋਂ ਲੰਘਦੇ ਭਿਆਨਕ ਆਵਾਜ਼ ਪੈਦਾ ਕਰ ਰਹੇ ਸਨ। ਜਦ ਅਸੀਂ ਨਦੀ ਲੰਘੇ
ਤਾਂ ਦਨਿਆਰ ਨੇ ਆਪਣੇ ਘੋੜਿਆਂ ਨੂੰ ਛਾਂਟਾ ਮਾਰਿਆ ਅਤੇ ਅਚਾਨਕ ਦੱਬੀ ਦੱਬੀ ਆਵਾਜ਼ ਨਾਲ ਗਾਉਣ ਲੱਗ ਪਿਆ, ਮੇਰੇ ਪਰਬਤ, ਮੇਰੇ ਨੀਲੇ ਚਿੱਟੇ ਪਰਬਤ, ਧਰਤ ਇਹ ਸਾਰੀ ਵੱਡੇ ਵਡੇਰਿਆਂ ਦੀ। ਉਸਦੀ ਆਵਾਜ਼ ਪੱਟਣ ਲੱਗੀ ਅਤੇ ਉਹ ਖੰਘਣ ਲੱਗ ਪਿਆ। ਫਿਰ ਕੁਝ ਖਰਾਬ ਗਲੇ ਨਾਲ ਹੀ ਅਗਲੀਆਂ ਸਤਰਾਂ ਗਾਉਣ ਲੱਗ ਪਿਆ, ਮੇਰੇ ਪਰਬਤ, ਮੇਰੇ ਨੀਲੇ ਚਿੱਟੇ ਪਰਬਤ, ਇਹ ਤਾਂ ਭੰਗੂੜੇ ਮੇਰੇ ਜ਼ਿੰਦਗੀ ਦੇ। ਉਸਦੀ ਆਵਾਜ਼ ਰੁਕ ਗਈ, ਜਿਵੇਂ ਕਿਸੇ ਚੀਜ਼ ਨੇ ਉਸ ਨੂੰ ਡਰਾ ਦਿੱਤਾ ਸੀ ਅਤੇ ਉਹ ਚੁੱਪ ਹੋ ਗਿਆ। ਮੈਂ ਉਸਦੀ ਘਬਰਾਹਟ ਦੇ ਕਾਰਨ ਬਾਬਤ ਸੋਚਣ ਲੱਗਾ। ਭਾਵੇਂ ਚੁੱਪ ਵੀ ਡੂੰਘਾ ਭੇਦ ਸੀ, ਉਹਦੀ ਆਵਾਜ਼ ਕਾਫ਼ੀ ਸੁਰੀਲੀ ਲੱਗਦੀ ਸੀ। ਇਹ ਪਛਾਣਨਾ ਡਾਢਾ ਹੀ ਔਖਾ ਸੀ ਕਿ ਉਹ ਆਵਾਜ਼ ਦਨਿਆਰ ਦੀ ਹੀ ਹੈ। ਬਹੁਤ ਅੱਛੇ, ਮੈਂ ਉਸ ਨੂੰ ਹੱਲਾਸ਼ੇਰੀ ਦਿੱਤੀ, ਤੂੰ ਅੱਗੇ ਕਿਉਂ ਨਹੀਂ ਗਾਇਆ? ਗਾ ਦਨਿਆਰ, ਜਿੰਨੀ ਚੰਗੀ ਤਰ੍ਹਾਂ ਗਾ ਸਕਦਾ, ਜਮੀਲਾ ਤੋਂ ਵੀ ਰਹਿਣਾ ਹੋਇਆ। ਅਗਾਂਹ ਕੁਝ ਚਾਨਣ ਸੀ ਜਿੱਥੇ ਵਾਦੀ ਖਤਮ ਹੁੰਦੀ ਸੀ, ਠੰਡੀ ਮਿੱਠੀ ਪੌਣ ਵਗਦੀ ਪਈ ਸੀ ਅਤੇ ਦਨਿਆਰ ਫਿਰ ਗਾਉਣ ਲੱਗ ਪਿਆ। ਉਸ ਨੇ ਅੱਗੇ ਵਾਂਗ ਡਰਦੇ ਅਤੇ ਝੱਕਦੇ ਨੇ ਹੀ ਆਵਾਜ਼ ਕੱਢੀ। ਉਸਦੇ ਬੋਲਾਂ ਨਾਲ ਸਾਰੀ ਵਾਦੀ ਭਰ ਗਈ, ਦਰੇਡੀਆਂ ਚੋਟੀਆਂ 'ਤੇ ਆਵਾਜ਼ ਗੂੰਜਣ ਲੱਗੀ। ਮੈਂ ਦਨਿਆਰ ਦੇ ਜਜ਼ਬੇ ਅਤੇ ਸੁਰੀਲੀ ਆਵਾਜ਼ ਨੂੰ ਸੁਣ ਦੰਗ ਰਹਿ ਗਿਆ। ਮੈਨੂੰ ਸਮਝ ਨਹੀਂ ਸੀ ਪੈਂਦੀ ਕਿ ਮੈਂ ਕੀ ਕਰਾਂ। ਮੈਨੂੰ ਇਹ ਪਛਾਣ ਹੀ ਨਹੀਂ ਸੀ ਆ ਰਹੀ ਕਿ ਇਹ ਆਵਾਜ਼ ਹੈ ਜਾਂ ਉਸ ਨਾਲੋਂ ਵੀ ਵਡੇਰੀ ਸ਼ੈ ਹੈ ਜੋ ਧੁਰ ਆਤਮਾ 'ਚੋਂ ਨਿਕਲਦੀ ਹੈ। ਉਹ ਆਪਣੇ ਵਿਚਾਰਾਂ ਨੂੰ ਜ਼ਿੰਦਗੀ ਦੇ ਰਿਹਾ ਸੀ। ਕਾਸ਼ ਮੈਂ ਦਨਿਆਰ ਦੇ ਗੀਤ ਨੂੰ ਕਿਸੇ ਤਰ੍ਹਾਂ ਪ੍ਰਗਟਾ ਸਕਦਾ। ਗੀਤ ਦੇ ਸ਼ਬਦ ਭਾਵੇਂ ਕੰਡੇਹੀਨ ਹੀ ਸਨ, ਪਰ ਸ਼ਬਦਾਂ ਬਿਨਾਂ ਵੀ ਮਨੁੱਖੀ ਆਤਮਾ ਦੀ ਡੂੰਘਾਈ ਦਾ ਬਿਆਨ ਸੀ। ਨਾ ਮੈਂ ਕਦੇ ਪਹਿਲਾਂ ਅਜਿਹਾ ਗੀਤ ਸੁਣਿਆ ਸੀ ਅਤੇ ਨਾ ਮੈਂ ਮੁੜ ਸੁਣ ਸਕਿਆ ਹਾਂ। ਗੀਤ ਨਾ ਤਾਂ ਕਿਰਗਿਜ਼ ਅਤੇ ਨਾ ਹੀ ਕਜ਼ਾਕੀ, ਪਰ ਦੋਵਾਂ ਦੇ ਅੰਸ਼ ਉਸ ਵਿੱਚ ਜ਼ਰੂਰ ਸਨ। ਦਨਿਆਰ ਨੇ ਕਜ਼ਾਕ ਅਤੇ ਕਿਰਗਿਜ਼ ਦੋਹਾਂ ਕੌਮਾਂ ਦੇ ਸੰਬੰਧਿਤ ਲੋਕਾਂ ਦੀਆਂ ਮਿੱਠੀਆਂ ਧੁਨਾਂ ਨੂੰ ਪਰੋ ਕੇ ਇਹ ਅਜਿਹਾ ਰੂਪ ਦਿੱਤਾ ਸੀ ਜਿਸ ਨੂੰ ਮੁੜ ਦੁਹਰਾਇਆ ਜਾਣਾ ਮੁਸ਼ਕਲ ਹੈ। ਇਹ ਗੀਤ ਪਹਾੜਾਂ ਅਤੇ ਵਾਦੀਆਂ ਦਾ ਗੀਤ ਸੀ। ਇਸ ਵਿੱਚ ਕਿਰਗਿਜ਼ ਪਹਾੜਾਂ ਵਰਗਾ ਚੜ੍ਹਾਅ ਅਤੇ ਕਜ਼ਾਖ ਵਾਦੀਆਂ ਦਾ ਚੜੇਰਾਪਣ ਅਤੇ ਰਵਾਨੀ ਸੀ। ਛੇਤੀ ਹੀ ਮੈਨੂੰ ਉਸ ਦੇ ਉੱਖੜੇ ਉੱਖੜੇ ਰਹਿਣ ਦੇ ਕਾਰਨ ਦਾ ਪਤਾ ਲੱਗ ਗਿਆ। ਲੋਕ ਉਸ ਦੇ ਸੁਪਨਈ ਇਕੱਲਤਾ ਭਰੇ ਅਤੇ ਚੁੱਪ ਚਾਪ ਜੀਵਨ 'ਤੇ ਦੁਖੀ ਸਨ ਅਤੇ ਉਸਦਾ ਮਖੌਲ ਵੀ ਉਡਾਉਂਦੇ ਸਨ। ਮੈਂ ਹੁਣ ਸਮਝਿਆ ਕਿ ਉਹ ਆਪਣੀਆਂ ਰਾਤਾਂ ਪਹਾੜਾਂ ਵੱਲ ਵੇਂਹਦਿਆਂ ਕਿਉਂ ਲੰਘਾਉਂਦਾ ਸੀ, ਨਦੀਆਂ ਕੰਢੇ ਕਿਉਂ ਬੈਠਦਾ ਸੀ। ਉਸ ਦੀਆਂ ਅੱਖਾਂ ਵਿੱਚ ਉੱਥੇ ਚਮਕ ਆ ਜਾਂਦੀ ਅਤੇ ਭਰਵੱਟੇ ਖੜੋ ਜਾਂਦੇ। ਉਹ ਮਨੁੱਖੀ ਪਿਆਰ ਨਾਲ ਸਰੂਰਿਆ ਬੰਦਾ ਸੀ। ਉਸਦਾ ਪਿਆਰ ਕਿਸੇ ਇੱਕ ਲਈ ਨਹੀਂ ਸਗੋਂ ਅਨੋਖੀ ਕਿਸਮ ਦਾ ਸੀ, ਜ਼ਿੰਦਗੀ ਲਈ, ਇਸ ਧਰਤੀ ਲਈ ਸੀ ਜਿਹੜੀ ਉਸਦੀ ਅਗਵਾਈ ਕਰਨ ਵਾਲੀ ਰੋਸ਼ਨੀ ਸੀ। ਜਜ਼ਬੇ ਬਿਨਾਂ ਕੋਈ ਵੀ ਉਸ ਵਾਂਗ ਨਹੀਂ ਗਾ ਸਕਦਾ, ਆਵਾਜ਼ ਕਿਸੇ ਦੀ ਕਿੱਡੀ ਸੁਰੀਲੀ ਕਿਉਂ ਨਾ ਹੋਵੇ। ਜਦ ਅੰਤਰੀ ਧੁਨ ਆਖਰੀ ਸਾਹਾਂ 'ਤੇ ਸੀ ਤਾਂ ਇੱਕ ਨਵੀਂ ਸੁਰ ਉਂਘਦੀ ਵਾਦੀ ਨੂੰ ਜਗਾਉਣ ਲੱਗੀ। ਜਾਪਦਾ ਸੀ ਵਾਦੀ ਬੜੇ ਪਿਆਰ ਨਾਲ ਗਾਉਣ ਵਾਲਿਆਂ ਦੇ ਸੁਰੀਲੀਆਂ ਧੁਨਾਂ ਮਾਣ ਰਹੀ ਸੀ। ਪੱਕੀ ਭੂਰੀ ਕਣਕ ਜਿਹੜੀ ਵਾਢੀ ਦੀ ਉਡੀਕ ਵਿੱਚ ਸੀ, ਝੀਲ ਦੀ ਉੱਪਰਲੀ ਸਤਾ ਵਾਂਗ ਚਮਕ ਰਹੀ ਸੀ। ਸਵੇਰ ਆਪਣੇ ਖੰਭ ਖਿਲਾਰਦੀ ਖੇਤਾਂ 'ਤੇ ਪਸਰਦੀ ਜਾ ਰਹੀ ਸੀ। ਘਰਾਟਾਂ ਲਾਗੇ ਬੁੱਢੇ ਦਰੱਖਤਾਂ ਦੀ ਫੌਜ ਪੱਤਿਆਂ ਦਾ ਤਾਲ ਬਣ ਰਹੀ ਸੀ। ਨਦੀਓਂ ਪਾਰ ਖੇਤਾਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਸੱਦਣ ਵਾਲੀ ਘੰਟੀ ਦੀ ਆਵਾਜ਼ ਖਤਮ ਹੋ ਰਹੀ ਸੀ। ਹਵਾ ਸੇਬਾਂ ਦੀ ਮਿਠਾਸ ਨਾਲ ਭਰੀ ਹੋਈ ਸੀ।
ਦੋਤੀਆਂ ਲਹਿਰਾਉਂਦੀ ਮੱਕੀ ਦੀ ਗਰਮੀ ਵੀ ਹਵਾ ਵਿੱਚ ਰਲੀ ਹੋਈ ਸੀ। ਦਨਿਆਰ ਗਾਉਂਦਾ ਰਿਹਾ, ਹਰ ਚੀਜ਼ ਵੱਲ ਇਸ਼ਾਰੇ ਕਰਦਾ ਰਿਹਾ, ਜਦ ਤੱਕ ਅਗਸਤ ਦੀ ਸੁਹਾਣੀ ਰਾਤ ਹੰਗਾਰਾ ਭਰਦੀ ਰਹੀ। ਘੋੜੇ ਵੀ ਚਾਲ ਬਦਲਣ ਲੱਗੇ, ਮਤਾਂ ਉਸਦੀ ਮਗਨਤਾ ਭੰਗ ਹੋ ਜਾਏ। ਚੋਟੀ ਲਾਗੇ ਪੁੱਜਦਿਆਂ ਗੀਤ ਮੁੱਕਿਆ। ਦਨਿਆਰ ਜ਼ੋਰ ਨਾਲ ਘੋੜਿਆਂ ਦੇ ਛਾਂਟੇ ਮਾਰਨ ਲੱਗਾ। ਮੈਂ ਸੋਚਿਆ ਜਮੀਲਾ ਉਸ ਮਗਰ ਆਪਣੇ ਘੋੜੇ ਦੁੜਾਏਗੀ। ਉਹ ਜਾਣ ਲਈ ਤਿਆਰ ਵੀ ਜਾਪਦੀ ਸੀ, ਪਰ ਉਹ ਬਿਲਕੁਲ ਨਾ ਹਿੱਲੀ, ਸਿਰ ਝੁਕਾਈ ਉਸੇ ਤਰ੍ਹਾਂ ਬੈਠੀ ਰਹੀ। ਪਿੰਡ ਤੱਕ ਸਾਡੇ ਵਿੱਚੋਂ ਕੋਈ ਵੀ ਨਾ ਕੂਇਆ, ਗੱਲ ਕਰਨ ਦੀ ਲੋੜ ਹੀ ਨਾ ਜਾਪੀ, ਕਿਉਂਕਿ ਹਮੇਸ਼ਾ ਸ਼ਬਦ ਵੀ ਮੂੰਹੋਂ ਨਹੀਂ ਨਿਕਲਦੇ ਜਦ ਇਨਸਾਨ ਕਿਸੇ ਗੱਲ ਨੂੰ ਬੁਰੀ ਤਰ੍ਹਾਂ ਮਹਿਸੂਸ ਰਿਹਾ ਹੋਵੇ। ਇੰ ਜਾਪਿਆ ਜਿਵੇਂ ਇਸ ਘਟਨਾ ਨੇ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਲੈ ਆਉਂਦੀ। ਮੈਂ ਕੁਝ ਵਾਪਰ ਜਾਣ ਵਾਲੇ ਨੂੰ ਅਸਚਰਜਤਾ ਨਾਲ ਉਡੀਕਦਾ ਸਾਂ। ਮੇਰੀ ਉਤਸੁਕਤਾ ਦਿਨੋ ਦਿਨ ਵਧਣ ਲੱਗੀ। ਹਰ ਸਵੇਰ ਅਸੀਂ ਆਪਣੇ ਛੱਕੜੇ ਭਰਦੇ ਸਟੇਸ਼ਨ ਵੱਲ ਜਾਂਦੇ ਕਿ ਕਦੀ ਮੁੜ ਦਨਿਆਰ ਦਾ ਗੀਤ ਸੁਣ ਸਕੀਏ। ਉਸਦੀ ਆਵਾਜ਼ ਮੇਰੇ ਜੀਵਨ ਦਾ ਇੱਕ ਅੰਗ ਬਣ ਗਈ। ਉਸਦੀ ਆਵਾਜ਼ ਮੈਨੂੰ ਪਿੱਛਾ ਕਰਦੀ, ਜਾਪਦੀ। ਮੈਂ ਘੋੜਿਆਂ ਲਈ ਤਰੇਲਿਆ ਚਾਰਾ ਲੈਣ ਜਾ ਰਿਹਾ ਹੁੰਦਾ ਤਾਂ ਉਹ ਮੇਰੇ ਨਾਲ ਹੁੰਦੀ। ਜਦ ਹੱਸਦਾ ਸੂਰਜ ਪਹਾੜਾਂ ਵਿੱਚੋਂ ਜਾਗਦਾ, ਸ਼ੁਭ ਇਸ਼ਾਵਾਂ ਦਿੰਦਾ, ਤਾਂ ਵੀ ਉਹ ਮੇਰੇ ਸੰਗ ਹੁੰਦੀ। ਜਦ ਕਾਮੇ ਛਜਲੀਆਂ ਵਿੱਚੋਂ ਕਣਕ ਦੇ ਸੁਨਹਿਰੀ ਦਾਣੇ ਕੇਰਦੇ, ਉਹਨਾਂ ਦੀ ਆਵਾਜ਼ ਦਨਿਆਰ ਦੇ ਗੀਤ ਵਾਂਗ ਟਣਕਦੀ। ਵਾਦੀ 'ਤੇ ਉੱਡਦੇ ਬਾਜ਼ ਦੇ ਪਰਾਂ ਦੀ ਆਵਾਜ਼ ਵਿੱਚੋਂ ਮੈਨੂੰ ਉਸਦੀ ਆਵਾਜ਼ ਦੀ ਸੂਹ ਪੈਂਦੀ। ਜਦ ਅਸੀਂ ਸ਼ਾਮ ਨੂੰ ਸੁਰੰਗ ਵਿੱਚ ਹੀ ਵਿਚਰਦੇ ਤਾਂ ਮੈਂ ਕਿਸੇ ਦੂਜੀ ਦੁਨੀਆ ਵਿੱਚ ਗਿਆ ਅਨੁਭਵ ਕਰਦਾ। ਮੈਂ ਅੱਧ ਖੁੱਲ੍ਹੀਆਂ ਅੱਖਾਂ ਨਾਲ ਦਨਿਆਰ ਦੀ ਆਵਾਜ਼ ਨੂੰ ਪਛਾਣਨ ਲੱਗਦਾ। ਇਸ ਖੁਸ਼ੀ ਵਿੱਚ ਬਚਪਨ ਦੇ ਅਚੰਬਾ ਭਰੇ ਨਜ਼ਾਰੇ ਮੇਰੀਆਂ ਅੱਖਾਂ ਸਾਵੇਂ ਘੁੰਮ ਜਾਂਦੇ। ਨਰਮ ਨੀਲੇ ਧੂਏ ਰੰਗੇ ਬਹਾਰ ਦੇ ਬੱਦਲ ਤੰਬੂਆਂ ਉੱਪਰ ਦੀ ਲੰਘਦੇ, ਘੋੜਿਆਂ ਦੇ ਜੁੱਟ ਚਰਾਗਾਹਾਂ ਵੱਲ ਭੱਜਦੇ ਜਾਂਦੇ ਦਿਖਾਈ ਦਿੰਦੇ, ਲੰਮੇ ਵਾਲਾਂ ਵਾਲੇ ਹਿਣਕਦੇ ਵਡੇਰੇ ਖੱਚਰਾਂ ਵੱਲ ਵਹਿਸ਼ੀ ਨਜ਼ਰਾਂ ਨਾਲ ਘੂਰਦੇ ਨਜ਼ਰੀ ਪੈਂਦੇ, ਭੇਡਾਂ ਦੇ ਇੱਜੜ ਲਾਵੇ ਦੀ ਅੱਗ ਵਾਂਗ ਚੌਹੀ ਪਾਸੀ ਫੈਲ ਜਾਂਦੇ, ਘਾਟੀ ਤੋਂ ਵਗਦਾ ਚਸ਼ਮਾ ਚਿੱਟੀ ਝੱਗ ਨਾਲ ਪਾਣੀ ਨੂੰ ਅੰਨਿਆ ਕਰਦਾ ਦਿਸਦਾ, ਸੂਰਜ ਹੌਲੀ ਹੌਲੀ ਨਦੀਆਂ ਪਾਰ ਘਾਹ ਦੀ ਝੋਲੀ ਵਿੱਚ ਬੈਠਦਾ ਦਿਸਦਾ, ਕੋਈ ਸਵਾਰ ਦਿਸ ਹੱਦੇ 'ਤੇ ਉਸਦਾ ਪਿੱਛਾ ਕਰਦਾ ਜਾਪਦਾ। ਉਸ ਸਵਾਰ ਨੂੰ ਸੂਰਜ ਛੋਣ ਲਈ ਬਸ ਇੱਕ ਹੱਥ ਵਧਾਉਣ ਦੀ ਲੋੜ ਜਾਪਦੀ, ਪਰ ਜਦ ਉਸ ਹੱਥ ਵਧਾਇਆ ਤਾਂ ਉਹ ਵੀ ਰਾਤ ਦੀ ਝੋਲੀ ਵਿੱਚ ਪੈਣ ਲੱਗਾ। ਨਦੀ ਲੰਘ ਕੇ ਕਜ਼ਾਖ ਵਾਦੀ ਕਾਫ਼ੀ ਚੌੜੀ ਸੀ। ਇਸ ਨੇ ਆਪਣੀ ਥਾਂ ਬਣਾਉਣ ਲਈ ਪਹਾੜਾਂ ਨੂੰ ਵੱਖ ਕੀਤਾ ਹੋਇਆ ਸੀ ਅਤੇ ਆਪ ਉਹਨਾਂ ਵਿਚਕਾਰ ਮਸਤੀ ਨਾਲ ਲੇਟੀ ਹੋਈ ਸੀ। ਜੰਗ ਦੀ ਪਹਿਲੀ ਗਰਮੀ 'ਤੇ ਰੁੱਤ ਵਾਦੀ ਵਿੱਚ ਅੱਗ ਬਰਸਣ ਲੱਗੀ। ਫੌਜੀ ਘੋੜਿਆਂ ਦੀਆਂ ਪਲਟਣਾਂ ਬੱਦਲਾਂ ਵਾਂਗ ਛਾ ਗਈਆਂ, ਘੋੜ ਸਵਾਰ ਚੌਹੀ ਪਾਸੀ ਫੈਲ ਗਏ। ਮੈਨੂੰ ਯਾਦ ਹੈ ਇੱਕ ਕਜ਼ਾਕ ਆਜੜੀਆਂ ਵਾਂਗ ਕੂਕਦਾ ਰਿਹਾ ਸੀ, ਕਜ਼ਾਕੀਓ ਘੋੜਿਆਂ ਦੀਆਂ ਕਾਠੀਆਂ ਕੱਸ ਲਓ, ਦੁਸ਼ਮਣ ਆ ਗਿਆ। ਅਤੇ ਫਿਰ ਉਹ ਜੰਗ ਦੇ ਬੱਦਲਾਂ ਉੱਤੇ ਤੱਤੀ ਹਵਾ ਦੇ ਬੁੱਲਿਆਂ ਵਿੱਚ ਗੁੰਮ ਗਿਆ। ਹਰ ਇੱਕ ਕਜ਼ਾਕ ਦੁਸ਼ਮਣ ਨਾਲ ਸਿੱਜਣ ਲਈ ਤਿਆਰ ਸੀ। ਸਾਡੇ ਰਸਾਲਿਆਂ ਸਹੁੰ ਚੁੱਕ ਲਈ ਅਤੇ ਗਰਜ ਦੇ ਪਹਾੜਾਂ ਤੋਂ ਉੱਤਰ ਵਾਦੀਆਂ ਵੱਲ ਵਧਣ ਲੱਗੇ। ਹਜ਼ਾਰਾਂ ਜੀਗਤ ਕਾਠੀਆਂ ਕੱਸ ਬੈਠੇ, ਉਹਨਾਂ ਅੱਗੇ ਲਾਲ ਝੰਡੇ ਲਹਿਰਾਉਣ ਲੱਗੇ, ਘੋੜਿਆਂ ਦੀ ਧੂੜ ਹਰ ਪਾਸੇ ਫੈਲਣ ਲੱਗੀ। ਹਜ਼ਾਰਾਂ ਮਾਵਾਂ ਅਤੇ ਸਿਪਾਹੀਆਂ ਦੀਆਂ ਪਤਨੀਆਂ ਦ੍ਰਿੜ ਇਰਾਦੇ ਅਤੇ ਵਿਛੋੜੇ ਭਰੇ ਦੁੱਖ ਨਾਲ ਸਿਸਕਦੀਆਂ ਭਰਦੀਆਂ ਦੁਆਵਾਂ ਦੇਣ ਲੱਗੀਆਂ, ਰੱਬ ਕਰੇ ਤੁਸੀਂ ਇਹਨਾਂ ਵਾਦੀਆਂ ਦੀ ਰੱਖਿਆ ਕਰ ਸਕੋ,
ਸਾਡੇ ਯੋਧਿਆਂ ਦੀਆਂ ਰੂਹਾਂ ਤੁਹਾਡੇ ਅੰਗ ਸੰਗ ਰਹਿਣ। ਸਿਪਾਹੀ ਲੰਘਦੇ ਗਏ ਅਤੇ ਉਹਨਾਂ ਦੀਆਂ ਪੈੜਾਂ ਪਿੱਛੇ ਰਹਿੰਦੀਆਂ ਗਈਆਂ। ਦਨਿਆਰ ਦੇ ਗੀਤ ਨੇ ਇਸ ਦੁਨੀਆ ਦੀ ਸੁੰਦਰਤਾ ਅਤੇ ਦੁੱਖਾਂ ਸੰਸਿਆਂ ਦਾ ਨਕਸ਼ਾ ਬਣ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ। ਇਹ ਸਾਰਾ ਕੁਝ ਉਸਨੇ ਕਿੱਥੋਂ ਸਿੱਖਿਆ ਸੀ? ਇਹ ਸਭ ਕੁਝ ਉਸਨੇ ਕਿੱਥੋਂ ਸੁਣਿਆ ਸੀ? ਮੈਨੂੰ ਜਾਪਿਆ, ਉਹ ਬੰਦਾ ਹੀ ਇਹ ਮਹਿਸੂਸ ਕਰ ਸਕਦਾ ਹੈ ਜਿਸ ਨੇ ਆਪਣੀ ਧਰਤ ਮਾਂ ਨੂੰ ਵਰਿਆਂ ਤੋਂ ਰੱਜਵਾਂ ਪਿਆਰ ਕੀਤਾ ਹੋਵੇ ਅਤੇ ਉਸ ਮਾਂ ਖਾਤਰ ਲੱਖਾਂ ਦੁੱਖ ਝੱਲੇ ਹੋਣ। ਜਦ ਉਹ ਗਾਉਂਦਾ ਸੀ ਤਾਂ ਉਹ ਇੱਕ ਅੱਲੜ ਜਿਹਾ ਬੱਚਾ ਜਾਪਦਾ ਸੀ ਜੋ ਵਾਦੀ ਦੇ ਕੰਢੇ ਫਿਰਦਾ ਹੋਵੇ। ਸ਼ਾਇਦ ਬਚਪਨ ਤੋਂ ਹੀ ਧਰਤੀ ਮਾਂ ਨੇ ਇਹ ਗੀਤ ਉਸਨੂੰ ਵਰਦਾਨ ਵਜੋਂ ਦਿੱਤੇ ਹੋਣ, ਜਾਂ ਜਦੋਂ ਜੰਗ ਦੇ ਡਰਾਉਣੇ ਰਾਹੀਂ ਗੁਜ਼ਰਿਆ ਸੀ ਉਸਦੀ ਆਤਮਾ ਵਿੱਚੋਂ ਇਹਨਾਂ ਗੀਤਾਂ ਨੇ ਜਨਮ ਲਿਆ ਹੋਵੇ। ਉਸਦੇ ਇੱਕੋ ਗੀਤ ਨੇ ਮੈਨੂੰ ਧਰਤੀ ਮਾਂ ਦੀ ਕੁੱਛੜ ਬਿਠਾ ਦਿੱਤਾ। ਮੈਂ ਉਸਦੇ ਲਾਡਲੇ ਪੁੱਤ ਵਾਂਗ ਪਿਆਰ ਕਰਨ ਲੱਗਾ। ਮੈਨੂੰ ਜਾਪਿਆ, ਮੇਰੇ ਅੰਦਰ ਕੋਈ ਜਜ਼ਬਾ ਪਲ ਰਿਹਾ ਹੈ ਜਿਸ ਜਜ਼ਬੇ ਨੂੰ ਸੁਣਾਉਣ ਲਈ ਮੇਰੇ ਕੋਲ ਸ਼ਬਦ ਨਹੀਂ, ਪਰ ਉਹ ਰੁੱਕ ਹੈ ਜਿਸ ਨੂੰ ਬਿਆਨ ਕਰਨ ਜੋਗਾ ਮੈਂ ਨਹੀਂ ਹਾਂ, ਕੇਵਲ ਬਿਆਨ ਕਰਨ ਜੋਗਾ। ਇਹ ਨਹੀਂ ਕਿ ਉਸ ਜਜ਼ਬੇ ਬਾਰੇ ਮੈਂ ਤੁਹਾਨੂੰ ਕੁਝ ਦੱਸ ਨਹੀਂ ਸਕਦਾ ਜੋ ਦਨਿਆਰ ਦੇ ਹੱਡੀ ਰਚ ਗਿਆ ਸੀ। ਇਹ ਜਜ਼ਬਾ ਮੇਰੇ ਸਾਹੀ ਰਚਿਆ ਹੈ। ਮੈਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਔੜਦੇ ਕਿਉਂਕਿ ਮੈਂ ਇੱਕ ਚਿੱਤਰਕਾਰ ਹਾਂ। ਇਸ ਕੌਮੀ ਜਜ਼ਬੇ ਨੂੰ ਮੈਂ ਪਹਿਲਾਂ ਚਿੱਤਰਨਾ ਚਾਹਿਆ ਸੀ, ਇਸ ਨੂੰ ਆਪਣੀਆਂ ਕਾਪੀਆਂ ਵਿੱਚ ਉਲੀਕਿਆ ਸੀ। ਸਾਰੇ ਸਾਥੀ ਕਹਿੰਦੇ ਇਹ ਜਜ਼ਬੇ ਦਾ ਸੰਪੂਰਨ ਚਿੱਤਰ ਹੈ। ਮੇਰੇ ਅਧਿਆਪਕ ਕੰਧ ਅਖਬਾਰ 'ਤੇ ਮੇਰੀਆਂ ਤਸਵੀਰਾਂ ਸਲਾਹੁਣ ਲੱਗੇ। ਜਦ ਜੰਗ ਛਿੜਪੀ ਤਾਂ ਮੇਰੇ ਭਰਾਵਾਂ ਨੂੰ ਸੱਦੇ ਆ ਗਏ। ਮੈਂ ਸਕੂਲ ਛੱਡ ਦਿੱਤਾ, ਸਾਂਝੇ ਫਾਰਮ ਵਿੱਚ ਕੰਮ ਕਰਨ ਲੱਗਾ ਜਿੱਥੇ ਮੇਰੇ ਸਾਰੇ ਹਾਣੀ ਕੰਮ ਕਰਦੇ ਸਨ। ਮੈਂ ਚਿੱਤਰਾਂ ਅਤੇ ਬੁਰਸ਼ਾਂ ਦੀ ਦੁਨੀਆ ਨੂੰ ਭੁੱਲ ਗਿਆ। ਮੈਂ ਕਦੀ ਇਹ ਸੋਚਿਆ ਤੱਕ ਨਾ ਕਿ ਕਦੀ ਫਿਰ ਵੀ ਚਿੱਤਰਕਾਰੀ ਦਾ ਮੌਕਾ ਮਿਲੇਗਾ, ਪਰ ਦਨਿਆਰ ਦੇ ਗੀਤ ਨੇ ਮੇਰੀ ਆਤਮਾ ਹਲੂਣ ਦਿੱਤੀ। ਮੈਂ ਹੈਰਾਨ ਅਤੇ ਡੌਰ ਭੌਰਿਆਂ ਵਾਂਗ ਆਲੇ ਦੁਆਲੇ ਨੂੰ ਤੱਕਣ ਲੱਗਾ ਜਿਵੇਂ ਮੈਂ ਪਹਿਲੀ ਵਾਰ ਇਹ ਸਭ ਕੁਝ ਦੇਖ ਰਿਹਾ ਸਾਂ। ਜਮੀਲਾ ਤੇ ਇੱਕਦਮ ਬਦਲ ਗਈ ਸੀ। ਇੰਝ ਜਾਪਦਾ ਸੀ ਕਿ ਕਿਵੇਂ ਇਹ ਤੇਜ਼ ਤਰਾਰ ਅਤੇ ਖੇਡਣ ਮਲਣ ਵਾਲੀ ਕੁੜੀ ਕਦੀ ਵੀ ਨਹੀਂ ਸੀ। ਉਦਾਸੀ ਉਹਦੀਆਂ ਧੁੰਦਲੀਆਂ ਅੱਖਾਂ 'ਤੇ ਛਾਈ ਹੋਈ ਸੀ। ਸਟੇਸ਼ਨ ਵੱਲ ਜਾਂਦਿਆਂ ਉਹਨਾਂ ਲੰਮਿਆਂ ਰਾਹਾਂ 'ਤੇ ਉਹ ਚੁੱਪ ਰਹਿਣ ਲੱਗੀ। ਇੱਕ ਸੁਪਨੇ ਵਰਗੀ ਮੁਸਕਾਨ ਉਸ ਦੇ ਬੁੱਲਾਂ 'ਤੇ ਖੇਲਦੀ ਅਤੇ ਮਾਮੂਲੀ ਜਿਹੀ ਖੁਸ਼ੀ ਦਿੰਦੀ, ਪਰ ਉਹ ਇਸ ਦੀ ਆਪਣੀ ਦੁਨੀਆ ਵਿੱਚ ਹੀ ਵਾਪਰਦਾ ਸੀ। ਸਟੇਸ਼ਨ ਵੱਲ ਜਾਂਦਿਆਂ ਉਹਨਾਂ ਲੰਮਿਆਂ ਰਾਹਾਂ 'ਤੇ ਉਹ ਚੁੱਪ ਰਹਿਣ ਲੱਗੀ। ਇੱਕ ਸੁਪਨੇ ਵਰਗੀ ਮੁਸਕਾਨ ਉਸ ਦੇ ਬੁੱਲਾਂ 'ਤੇ ਖੇਲਦੀ ਅਤੇ ਮਾਮੂਲੀ ਜਿਹੀ ਖੁਸ਼ ਹੁੰਦੀ, ਪਰ ਇਹ ਉਸ ਦੀ ਆਪਣੀ ਦੁਨੀਆ ਵਿੱਚ ਹੀ ਵਾਪਰਦਾ ਸੀ। ਕਈ ਵਾਰ ਭਾਰੀ ਬੋਰੀ ਉਸ ਦੇ ਮੋਢਿਆਂ 'ਤੇ ਹੁੰਦੀ ਤਾਂ ਉਹ ਇੰਝ ਝਾਕਦੀ ਜਿਵੇਂ ਉਹ ਤੇਜ਼ ਧਾਰਾਂ ਵਾਲੇ ਪੁਲ 'ਤੇ ਖੜ੍ਹੀ ਇਹ ਸੋਚ ਰਹੀ ਹੋਵੇ ਕਿ ਮੈਂ ਇਸ ਨੂੰ ਪਾਰ ਵੀ ਕਰ ਲਵਾਂਗੀ। ਉਹ ਦਨਿਆਰ ਵੱਲ ਵੀ ਧਿਆਨ ਨਾ ਦਿੰਦੀ ਅਤੇ ਨਾ ਹੀ ਉਸ ਦੇ ਚਿਹਰੇ ਵੱਲ ਅੱਗੇ ਵਾਂਗ ਸਿੱਧਿਆਂ ਝਾਕਦੀ। ਇੱਕ ਵਾਰ ਖੇਤ ਵਿੱਚ ਖੜਿਆ ਦੁਖੀ ਹੋਈ ਜਮੀਲਾ ਨੇ ਦਨਿਆਰ ਨੂੰ ਬੁਲਾਇਆ ਅਤੇ ਕਹਿਣ ਲੱਗੀ, ਲਿਆ ਇਹ ਕਮੀਜ਼ ਲਾ ਦੇ, ਮੈਂ ਧੋ ਦਿੰਦੀ ਹਾਂ। ਉਸ ਕਮੀਜ਼ ਲਾ ਦਿੱਤੀ। ਜਮੀਲਾ ਨੇ ਨਦੀ ਕੰਢੇ ਉਹ ਕਮੀਜ਼ ਧੋ ਕੇ ਅਤੇ ਆਪ ਕੋਲ ਬੈਠ ਗਈ। ਬੈਠੀ ਬੈਠੀ ਕਮੀਜ਼ ਵਿੱਚੋਂ ਵੱਟ ਕੱਢਣ ਲੱਗੀ, ਫਿਰ ਉਸ ਨੂੰ ਚੁੱਕ ਕੇ ਛੰਡਣ ਲੱਗ ਪਈ ਅਤੇ ਕਮੀਜ਼ ਦੇ ਪਾਟੇ ਮੋਢੇ ਵੱਲ ਦੇਖਣ ਲੱਗੀ। ਉਸ ਨੇ ਆਪਣਾ ਸਿਰ ਘੁਮਾਇਆ ਅਤੇ ਉਦਾਸ ਨਜ਼ਰਾਂ ਨਾਲ ਕਮੀਜ਼ ਸੁੱਕਣੀ ਪਾ ਦਿੱਤੀ। ਕੇਵਲ ਇੱਕ ਦਿਨ ਜਮੀਲਾ ਨੇ ਪਹਿਲਾਂ ਵਾਂਗ ਹਾਸਾ ਮਖੌਲ ਕੀਤਾ, ਉਹਦੀਆਂ ਅੱਖਾਂ ਵਿੱਚ ਅੱਗੇ ਵਾਂਗ ਚਮਕ ਮੁੜਾਈ। ਨੌਜਵਾਨ ਔਰਤਾਂ ਅਤੇ ਕੁੜੀਆਂ ਦੀ ਟੋਲੀ ਅਤੇ ਕੁਝ ਕੁ ਜੀਗਤ ਚਾਰਾ ਵੱਢਣ ਪਿੱਛੋਂ ਖੇਤ ਵਿੱਚ ਆ ਗਏ।
ਓਏ ਵੱਡੇ ਧਰਿਓ, ਤੁਸੀਂ ਇਕੱਲਿਆਂ ਹੀ ਰੋਟੀ ਨਹੀਂ ਖਾਣੀ, ਸਾਨੂੰ ਵੀ ਖਾਣ ਨੂੰ ਦਿਓ, ਨਹੀਂ ਤਾਂ ਚੁੱਕ ਕੇ ਨਦੀ ਵਿੱਚ ਸੁੱਟ ਦਿਆਂਗੇ। ਕੁਝ ਕੁ ਜੀਗਤ ਆਪਣੀਆਂ ਦਾਤੀਆਂ ਹਿਲਾਉਂਦੇ ਔਰਤਾਂ ਨੂੰ ਟਿੱਚਰਾਂ ਕਰਨ ਲੱਗੇ। ਤੁਸੀਂ ਨਹੀਂ ਸਾਡਾ ਪਿੱਛਾ ਛੱਡਦੇ, ਕੁੜੀਆਂ ਲਈ ਤੇ ਮੈਂ ਕੁਝ ਨਾ ਕੁਝ ਲੱਭ ਵੀ ਲਵਾਂਗੀ, ਪਰ ਤੁਸੀਂ ਆਪਣਾ ਪ੍ਰਬੰਧ ਕਰ ਲਓ, ਜਮੀਲਾ ਨੇ ਹੱਸਦਿਆਂ ਮਖੌਲ ਦਾ ਜਵਾਬ ਦਿੱਤਾ। ਜੇ ਇਹ ਗੱਲ ਹੈ ਤਾਂ ਅਸੀਂ ਸਾਰੀਆਂ ਨੂੰ ਚੁੱਕ ਕੇ ਨਦੀ ਵਿੱਚ ਸੁੱਟ ਦਿਆਂਗੇ। ਗੱਭਰੂ ਮੁੰਡੇ ਅਤੇ ਕੁੜੀਆਂ ਝੱਟ ਹੀ ਗੁੱਥਮ ਗੁੱਥਾ ਹੋ ਗਏ। ਰੌਲਾ ਪਾਉਂਦੇ, ਚੀਕਾਂ ਮਾਰਦੇ ਅਤੇ ਹੱਸਦੇ ਖੇਡਦੇ ਇੱਕ ਦੂਜੇ ਨੂੰ ਪਾਣੀ ਵਿੱਚ ਧੱਕੇ ਦੇਣ ਲੱਗੇ। ਫੜ ਲਓ, ਸੁੱਟ ਦਿਓ ਚੁੱਕ ਕੇ, ਜਮੀਲਾ ਉੱਚੀ ਉੱਚੀ ਹੱਸਦਿਆਂ ਕੁੜੀਆਂ ਨੂੰ ਹੱਲਾਸ਼ੇਰੀ ਦੇਣ ਲੱਗੀ। ਅਜੀਬ ਗੱਲ ਸੀ ਕਿ ਸਾਰੇ ਜੀਗਤਾਂ ਦੀ ਅੱਖ ਹੀ ਜਮੀਲਾ 'ਤੇ ਸੀ। ਹਰ ਕੋਈ ਉਸ ਨੂੰ ਫੜ ਕੇ ਸੁੱਟਣ ਲਈ ਉਤਾਵਲਾ ਸੀ। ਅਚਾਨਕ ਤਿੰਨ ਗੱਭਰੂਆਂ ਨੇ ਜਮੀਲਾ ਘੇਰ ਲਈ ਅਤੇ ਉਸ ਨੂੰ ਕੰਢੇ ਵੱਲ ਖਿੱਚਣ ਲੱਗੇ। ਸਾਨੂੰ ਚੁੰਮ, ਨਹੀਂ ਤੇ ਨਦੀ 'ਚ ਸੁੱਟ ਦਿਆਂਗੇ। ਕੁੜੀਓ, ਜ਼ਰਾ ਇੱਧਰ ਆਓ, ਇਹਨਾਂ ਨੂੰ ਸਬਕ ਦੇਈਏ। ਜਮੀਲਾ ਉਹਨਾਂ ਨਾਲ ਕਸੁੰਨੋ ਕਸੁੰਨੀ ਹੋਣ ਲੱਗੀ। ਉਸ ਦੀਆਂ ਸਾਥਣਾਂ ਬੇਖਬਰ ਨਦੀ ਕੰਢੇ ਨੱਠੀਆਂ ਫਿਰ ਰਹੀਆਂ ਸਨ ਅਤੇ ਮੱਛੀਆਂ ਨਾਲ ਖੇਡਣ ਵਿੱਚ ਮਗਨ ਸਨ। ਜਮੀਲਾ ਨਦੀ ਵਿੱਚ ਕੁੱਦ ਪਈ ਅਤੇ ਜੀਗਤ ਖੁਸ਼ੀ ਵਿੱਚ ਕਿਲਕਾਰੀਆਂ ਮਾਰਨ ਲੱਗੇ। ਉਸ ਦੇ ਚਿਹਰੇ ਉੱਤੇ ਪਾਣੀ ਦੀਆਂ ਛੋਟੀਆਂ ਨਦੀਆਂ ਵਹਿੰਦੀਆਂ ਦਿਸਦੀਆਂ ਸਨ। ਜਦ ਉਹ ਨਦੀ ਤੋਂ ਬਾਹਰ ਆਈ ਤਾਂ ਬਹੁਤ ਹਸੀਨ ਲੱਗ ਰਹੀ ਸੀ। ਉਸ ਦੀ ਗਿੱਲੀ ਪੁਸ਼ਾਕ ਸੁੰਗੜ ਕੇ ਸਰੀਰ ਨਾਲ ਲੱਗ ਗਈ ਸੀ ਅਤੇ ਸਾਰਾ ਸਰੀਰ ਪਹਿਰਾਵੇ ਵਿੱਚੋਂ ਬਾਹਰ ਦਿਸਦਾ ਪਿਆ ਸੀ। ਪਰ ਉਸ ਨੂੰ ਆਪਣੇ ਆਪ ਦਾ ਜ਼ਰਾ ਵੀ ਖਿਆਲ ਨਹੀਂ ਸੀ ਅਤੇ ਆਪ ਮੁਹਾਰੀ ਹੱਸੀ ਜਾ ਰਹੀ ਸੀ। ਉਸ ਦੇ ਚਿਹਰੇ ਤੋਂ ਪਾਣੀ ਦੇ ਤੁਪਕੇ ਡਿੱਗ ਰਹੇ ਸਨ। ਚੁੰਮ ਵੀ ਸਾਨੂੰ, ਜੀਗਤ ਫਿਰ ਜ਼ਿੱਦ ਕਰਨ ਲੱਗੇ। ਜਮੀਲਾ ਨੇ ਉਹਨਾਂ ਨੂੰ ਵਾਰੀ ਵਾਰੀ ਚੁੰਮਣ ਦਿੱਤੇ ਅਤੇ ਉਹ ਫਿਰ ਹੱਸਦੀ ਟੱਪਦੀ ਆਪਣੇ ਵਾਲ ਸੰਭਾਲਦੀ ਪਾਣੀ ਵਿੱਚ ਕੁੱਦ ਪਈ। ਖੇਤਾਂ ਵਿਚਲਾ ਹਰ ਬੰਦਾ ਨੌਜਵਾਨਾਂ ਦੀ ਖੁਸ਼ੀ ਵਿੱਚ ਸ਼ਾਮਲ ਸੀ। ਬੁੱਢੇ ਕਾਮਿਆਂ ਨੇ ਸਲੰਘ ਸਿੱਟ ਆਪਣੇ ਖੁਸ਼ੀ ਦੇ ਅੱਥਰੂ ਪੂੰਝੇ। ਉਹਨਾਂ ਦੇ ਮੂੰਹਾਂ ਦੀਆਂ ਝੁਰੜੀਆਂ ਖੁਸ਼ੀ ਨਾਲ ਚਮਕ ਪਈਆਂ, ਜਿਵੇਂ ਉਹਨਾਂ 'ਤੇ ਮੁੜ ਜਵਾਨੀ ਆ ਗਈ ਹੋਵੇ। ਮੈਂ ਵੀ ਦਿਲ ਭਰ ਕੇ ਹੱਸਿਆ, ਭਾਵੇਂ ਮੇਰਾ ਫਰਜ਼ ਮੁੜ ਮੁੜ ਯਾਦ ਕਰਾ ਰਿਹਾ ਸੀ ਕਿ ਮੈਂ ਜਮੀਲਾ ਨੂੰ ਜੀਗਤ ਹੱਥੋਂ ਛਡਾਵਾਂ। ਦਨਿਆਰ ਇਕੱਲਾ ਹੀ ਚੁੱਪ ਖੜਾ ਸੀ। ਉਸ ਦੀਆਂ ਨਜ਼ਰਾਂ ਨਦੀ 'ਤੇ ਖੱਪ ਪਾਉਂਦੇ ਨੌਜਵਾਨਾਂ ਉੱਤੇ ਟਿਕੀਆਂ ਹੋਈਆਂ ਸਨ। ਮੈਨੂੰ ਇੰਝ ਜਾਪਿਆ ਜਿਵੇਂ ਉਹ ਜਮੀਲਾ ਨੂੰ ਜੀਗਤਾਂ ਹੱਥੋਂ ਖੋਹਣਾ ਚਾਹੁੰਦਾ ਹੋਵੇ। ਉਸ ਦੀਆਂ ਅੱਖਾਂ ਵਿੱਚ ਇੱਕ ਵਾਰ ਉਦਾਸੀ ਅਤੇ ਦਰਦ ਦਾ ਅਤੇ ਦੂਜੀ ਵਾਰ ਤੱਕਿਆਂ ਖੁਸ਼ੀ ਦਾ ਝੋਲਾ ਪੈਂਦਾ ਸੀ। ਜਮੀਲਾ ਉਸ ਲਈ ਖੁਸ਼ੀ ਅਤੇ ਗਮੀ ਦੋਹਾਂ ਦਾ ਸੋਮਾ ਸੀ। ਜਦ ਜੀਗਤ ਜਮੀਲਾ ਨੂੰ ਆਪਣੇ ਨਾਲ ਘੁੱਟ ਰਹੇ ਸਨ ਅਤੇ ਉਸ ਨੂੰ ਚੁੰਮਣ ਲਈ ਮਜਬੂਰ ਕਰ ਰਹੇ ਸਨ ਤਾਂ ਉੱਥੋਂ ਤੁਰ ਜਾਣ ਲੱਗਿਆ, ਪਰ ਪਤਾ ਨਹੀਂ ਕਿਉਂ ਉਸ ਤੋਂ ਇੱਕ ਵੀ ਕਦਮ ਨਾ ਪੁੱਟਿਆ ਗਿਆ। ਜਮੀਲਾ ਨੇ ਦਨਿਆਰ ਨੂੰ ਵੇਖ ਲਿਆ ਸੀ ਅਤੇ ਉਸ ਦਾ ਹਾਸਾ ਉਦਾਸੀ ਵਿੱਚ ਬਦਲ ਗਿਆ। ਉਹ ਆਪਣਾ ਮੂੰਹ ਲਟਕਾਈ ਖੜੀ ਸੀ। ਚਲੋ ਹੁਣ, ਬਥੇਰੀ ਖੱਪ ਪਾ ਲਈ। ਉਹ ਅਚਾਨਕ ਹੀ ਇੱਕ ਪਾਗਲ ਜਿਹੇ ਜੀਗਤ 'ਤੇ ਔਖੀ ਹੋ ਗਈ। ਉਹਨਾਂ ਵਿੱਚੋਂ ਇੱਕ ਨੇ ਉਸ ਨੂੰ ਗਲਵਕੜੀ ਵਿੱਚ ਲੈਣਾ ਚਾਹਿਆ, ਪਰ ਜਮੀਲਾ ਨੇ ਉਸ ਨੂੰ ਪਰੇ ਧੱਕਿਆ, ਫਿਟਕਾਰਿਆ, ਹਟ ਪਰੇ। ਉਹ ਚੋਰ ਨਜ਼ਰੀ ਦਨਿਆਰ ਨੂੰ ਦੇਖ ਰਹੀ ਸੀ। ਫਿਰ ਇੱਕਦਮ ਕੱਪੜੇ ਨਿਚੋੜਨ ਲਈ ਝਾੜੀਆਂ ਵੱਲ ਤੁਰ ਗਈ।